ਸਵਾਰੀ ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ। ਦਰਿਆ ਵਿੱਚ ਨਹਾਉਣ ਲਈ ਸਾਥੀਆਂ ਸਮੇਤ ਆਏ ਸਨ ਇਹ ਨੌਜਵਾਨ। ਪਿੰਡ ਨੱਕੀਆ ਦਰਿਆ ਵਿੱਚ ਨਹਾਉਣ ਲਈ ਆਏ ਦੋ ਨੌਜਵਾਨਾਂ ਦੀ ਰੇਲਵੇ ਟਰੈਕ 'ਤੇ ਸਵਾਰੀ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਕੱਟ ਕੇ ਮੌਕੇ ਉੱਪਰ ਹੀ ਮੌਤ ਹੋ ਗਈ, ਜਿਨ੍ਹਾਂ ਦੇ ਸਰੀਰਕ ਅੰਗ ਕਾਫ਼ੀ ਦੂਰ ਤੱਕ ਰੇਲਵੇ ਟਰੈਕ ਉੱਪਰ ਖਿਲਰ ਗਏ, ਜਦਕਿ ਬਾਕੀ ਨੌਜਵਾਨ ਦਰਿਆ ਵਿੱਚ ਛਾਲਾਂ ਮਾਰ ਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਏ। ਮ੍ਰਿਤਕ ਦੀ ਪਹਿਚਾਣ ਦੀਪਕ ਕੁਮਾਰ 23 ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਬਜਰੂਰ ਥਾਣ ਨੂਰਪੁਰ ਬੇਦੀ, ਜੋ ਕਿ ਸਵਰਾਜ ਮਾਜ਼ਦਾ ਫੈਕਟਰੀ ਰੋਪੜ ਵਿਖੇ ਕੰਮ ਕਰਦਾ ਸੀ, ਅਤੇ ਦੂਸਰੇ ਨੌਜਵਾਨ ਦੀ ਪਹਿਚਾਣ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਰਮੇਸ਼ ਚੰਦ ਵਾਸੀ ਪਿੰਡ ਗੜਵਾਗਾ ਥਾਣ ਨੂਰਪੁਰ ਬੇਦੀ, ਜੋ ਕਿ ਪਿੰਡ ਬਜਰੂੜ ਵਿਖੇ ਮੋਟਰਸਾਈਕਲ ਠੀਕ ਕਰਨ ਦਾ ਕੰਮ ਕਰਦਾ ਸੀ, ਵਜੋਂ ਹੋਈ ਹੈ। ਮੌਕੇ 'ਤੇ ਪੁੱਜੇ ਰੇਲਵੇ ਸਟੇਸ਼ਨ ਸ਼੍ਰੀ ਕੀਰਤਪੁਰ ਸਾਹਿਬ ਦੇ ਸੁਪਰੀਡੈਂਟ ਅਰਦਾਸ ਸਿੰਘ ਨੇ ਦੱਸਿਆ ਕਿ ਨੰਗਲ ਤੋਂ ਵਾਇਆ ਚੰਡੀਗੜ੍ਹ ਅੰਬਾਲਾ ਜਾਣ ਵਾਲੀ ਸਵਾਰੀ ਰੇਲ ਗੱਡੀ ਨੰਬਰ ਜੋ ਸ਼੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਤੋਂ ਬਾਅਦ ਦੁਪਹਿਰ 3:04 ਸ਼੍ਰੀ ਗੁਰਪੁਰ ਸਾਹਿਬ ਰੇਲਵੇ ਸਟੇਸ਼ਨ ਦੀ ਸਾਈਡ ਨੂੰ ਚੱਲੀ ਸੀ। ਜਦੋਂ ਇਹ ਪਿੰਡ ਨੱਕੀਆਂ ਖੜ੍ਹ ਦੇ ਪੁੱਲ ਨਜ਼ਦੀਕ ਪੁੱਜੀ ਤਾਂ ਰੇਲਵੇ ਟਰੈਕ ਪੁੱਲ 'ਤੇ ਕਾਫ਼ੀ ਮੁੰਡੇ ਇਕੱਠੇ ਹੋਏ ਸਨ, ਜੋ ਕਿ ਰੇਲ ਗੱਡੀ ਨੂੰ ਦੇਖ ਆਲੇ ਦੁਆਲੇ ਅਤੇ ਦਰਿਆ ਵਿੱਚ ਛਾਲਾਂ ਮਾਰ ਕੇ ਬਚ ਗਏ, ਜਦਕਿ ਦੋ ਨੌਜਵਾਨ ਰੇਲ ਗੱਡੀ ਦੀ ਲਪੇਟ ਵਿੱਚ ਆ ਗਏ। ਉਹਨੇ ਦੱਸਿਆ ਕਿ ਉਹਨਾਂ ਨੂੰ ਰੇਲ ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਰੇਲਵੇ ਟਰੈਕ ਦਰਿਆ ਦੇ ਪੁੱਲ 'ਤੇ ਕਾਫ਼ੀ ਮੁੰਡੇ ਹੁੱਲੜਬਾਜ਼ੀ ਕਰ ਰਹੇ ਸਨ, ਜਿਨ੍ਹਾਂ 'ਚੋਂ ਦੋ ਰੇਲ ਗੱਡੀ ਦੀ ਲਪੇਟ ਵਿੱਚ ਆ ਗਏ। ਇਸ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਕਾਫ਼ੀ ਸਾਰੇ ਮੁੰਡੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਨੱਕੀਆਂ ਦਰਿਆ ਵਿੱਚ ਨਹਾਉਣ ਲਈ ਆਏ ਹੋਏ ਸਨ। ਇਹ ਆਲੇ ਦੁਆਲੇ ਨੂੰ ਨੱਠ ਭੱਜ ਕੇ ਆਪਸ ਵਿੱਚ ਹੀ ਕਾਫ਼ੀ ਹਾਸਾ ਮਜ਼ਾਕ ਕਰ ਰਹੇ ਸਨ। ਕੁਝ ਨੌਜਵਾਨ ਕੰਨਾਂ ਨੂੰ ਹੈੱਡਫੋਨ ਲਗਾ ਕੇ ਰੇਲਵੇ ਟਰੈਕ ਪੁੱਲ 'ਤੇ ਘੁੰਮ ਰਹੇ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ।